ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਿਆਨੋ ਪੰਜਾਬ ਚ ਇੱਥੇ ਵਾਪਰੀ ਬੇਅਦਬੀ ਦੀ ਮਾਦਪਾਗੀ ਘਟਨਾ ਇਲਾਕੇ ਚ ਫੈਲੀ ਰੋਜ਼ ਦੀ ਲਹਿਰ ਦਾਜਾ ਵੱਡੀ ਖਬਰ ਆ ਚੁਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਦਰਦਨਾ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਗੁਰਦੁਆਰਾ ਬਾਬਾ ਜੇਠਾ ਸਾਹਿਬ ਦੇ ਗ੍ਰੰਥੀ ਗੁਰਦੇਵ ਸਿੰਘ ਦੇ ਪ੍ਰਧਾਨ ਦਿਲਬਾਗ ਵੱਲੋਂ ਦੱਸਿਆ ਗਿਆ ਕੁਝ ਸ਼ਰਾਰਤੀਆਂ ਸਰਾਵਲੋਂ ਪਿੰਡ ਦੇ ਖੇਡ ਮੈਦਾਨ 'ਚ 14 ਤੇ 15 ਅਕਤੂਬਰ ਨੂੰ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਤੋਂ ਬਾਅਦ ਬੇਅਦਬੀ ਕੀਤੀ ਗਈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਕੇ ਪਿੰਡੋਂ ਅਨਾਊਂਸਮੈਂਟ ਕਰਵਾਈ ਗਈ ਕਿ ਜਿਹੜਾ ਵੀ ਪਿੰਡ ਦਾ ਵਿਅਕਤੀ ਬੇਅਦਵੀ ਕਰਨ ਵਾਲੇ ਵਿਅਕਤੀ ਦੀ ਸੂਚਨਾ ਦੇਗਾ ਉਸ ਨੂੰ 20000 ਰੁਪਏ ਨਾਲ ਸਨਮਾਨਿਤ ਕੀਤਾ ਜਾਏਗਾ। ਇਸ ਘਟਨਾ ਦੇ ਸਪੰਝ ਜਾਣਕਾਰੀ ਦੇਣ ਵਾਲੇ ਸ਼ਖਸ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ। ਉdna ਦੱਸਿਆ ਹੈ ਕਿ ਕੋਈ ਵੀ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਗੈਸ ਕੋਪਰ ਪਲੈਂਟ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਖੰਡਤ ਹੋਏ ਗੁਟਕਾ ਸਾਹਿਬ ਨੂੰ ਬਰਤਨ ਤੋਂ ਉਣ ਵਾਲੀ ਜਗ੍ਹਾ ਤੇ ਰੱਖ ਕੇ ਚਲ ਗਿਆ ਇਸ ਮੌਕੇ ਪਿੰਡ ਸਿਦਵਾ ਵਿਖੇ ਪੂਜੇ ਸ਼੍ਰੀ ਗੁਰੂ ਗਨਸਾਹਿਬ ਸਦਿਕਾਰ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਜੋਧਬੀਰ ਸਿੰਘ ਸਿਦਵਾ ਨੇ ਕਿਹਾ ਕਿ ਮੌਤੀ ਬਾਦ ਭਾਗੀ ਕਰਤਾ ਹੈ ਉਨਾਂ ਦੇ ਕੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਜੇਲ੍ਹ ਚ ਭੇਜਿਆ ਜਾਵੇ ਬਾਕੀ ਖਬਰਾਂ ਉਹਨਾਂ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ